सुसमाचार। आज से 2019 साल पहले परमेश्वर मनुष्य का रूप धारण करके पृथ्वी पर आया, जिसका नाम यीशु मसीह था, और उसने स्वयं अपना बलिदान दिया क्रूस पर, ताकि जो कोई अपना मन फिराकर यीशु के बताए मार्ग पर चलने को तैयार हो जाए, उसके सारे पाप क्षमा हो जाएंगे, और इसलिए वो मृत्यु के बाद सीधा स्वर्ग जाएगा। जेकर असीं अपने आप नूं ज्यादा बनाउणा, हां जी पढ़ांगे, अते जां तुसीं वर्त रखो ਤਾਂ ਕਪਟੀਆਂ ਵਾਂਗੂ ਮੂੰਹ ਉਦਾਸ ਨਾ ਬਣਾਓ, ਕਿਉਂ ਜੋ ਉਹ ਆਪਣੇ ਕਈ ਬੰਦੇ ਵਰਤ ਰੱਖਦੇ ਆ, ਉਹ ਆਪਣੇ ਚਿਹਰੇ ਨੂੰ ਇੱਕ ਨਿਟਾਲ ਜਿਹਾ ਕਰ ਲੈਂਦੇ ਆ, ਤੇ ਦੂਜੇ ਲੋਕ ਸਾਡੇ ਵੱਲ ਦੇਖ ਕੇ ਸਾਡੇ ਤੇ ਤਰਸ ਕਰਨ। ਅਸੀਂ ਵਰਤ ਰੱਖਿਆ ਹੋਇਆ ਆਪਣੇ ਆਪ ਨੂੰ, ਅਸੀਂ ਇੱਕ ਬਹੁਤ ਕਮਜ਼ੋਰ ਜਿਹਾ, ਬਹੁਤ ਇੱਕ ਨਿਟਾਲ ਜਿਹਾ ਦੂਜੇ ਨੂੰ ਮਲੂਮ ਕਰਾਉਣਾ, ਸਾਡਾ ਚਿਹਰਾ ਉਦਰਿਆ ਜਿਹਾ ਹੋਵੇ, ਹਾਲੇਲੂਯਾ, ਅੱਖਾਂ ਵਿੱਚ ਗੱਜ ਹੋਵੇ, ਵਰਤ ਰੱਖਿਆ ਹੈ ਨਾ, ਹੁਣ ਤੁਹਾਡਾ ਖੜ ਲੱਗਣਾ ਪਣੀ ਹੈ, ਹਾਲੇਲੂਯਾ, ਜਿਹੜੇ ਦੂਜੇ ਬੰਦੇ ਤਾਂ ਸਭ ਕੁਝ ਸਾਡੇ ਉੱਤੇ। ਅਗਰ ਕੋਈ ਇਨਸਾਨ ਇਹੋ ਜਿਹਾ ਉਹ ਵਰਤ ਰੱਖੇ ਉਹਨੂੰ ਫਲ ਨਹੀਂ ਮਿਲਣਾ। ਜੇਕਰ ਲੋਕਾਂ ਵਿੱਚ ਤੁਹਾਡੇ ਵਰਤ ਦੀ ਡੌਣੀ ਪੱਟ ਹੁੰਦੀ ਆ ਤਾਂ ਤੁਹਾਡਾ ਵਰਤ ਵਿਅਰਥ ਆ, ਨਾ ਰੱਖੇ। ਹਾਂਜੀ ਪੜ੍ਹਾਂਗੇ, ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਗੂ ਮੂੰਹ ਉਦਾਸ ਨਾ ਬਣਾਓ। ਅਸੀਂ ਆਪਣਾ ਜੇ ਵਰਤ ਰੱਖਣਾ ਤਾਂ ਮੂੰਹ ਉਦਾਸ ਨਹੀਂ ਬਣਾਉਣਾ, ਤੁਹਾਡੇ ਚਿਹਰੇ ਖਿੜੇ ਹੋਏ, ਤੁਹਾਡੇ ਚਿਹਰੇ ਦੀ ਰੌਣਕ ਕਿਸੇ ਨੂੰ ਪਤਾ ਨਾ ਲੱਗੇ ਕਿ ਨਹੀਂ ਵਰਤ ਰੱਖਿਆ ਜਾਂ ਨਹੀਂ ਰੱਖਿਆ। ਹਾਂ ਹਾਂ ਪੜ੍ਹਾਂਗੇ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਉਹ ਉਹਨਾਂ ਮਨੁੱਖਾਂ ਨੂੰ ਵਰਤੀ ਮਾਲੂਮ ਹੋਣ। ਉਹ ਮੂੰਹ ਇਸ ਲਈ ਵਿਗਾੜਦੇ ਆ ਕਿ ਦੂਜੇ ਲੋਕਾਂ ਨੂੰ ਸਾਡੇ ਵਰਤ ਦਾ ਪਤਾ ਲੱਗੇ ਔਰ ਸਾਡੇ ਉੱਤੇ ਤਰਸ ਖਾਣ, ਔਰ ਉਹ ਕਹਿਣ ਜਿਹੜੇ ਕਿੱਦਾਂ ਦੇ ਇਨਸਾਨ ਦੇ ਕਿੰਨੇ ਭੋਲੇ ਭਲੇ ਆ, ਅਸੀਂ ਕੁਝ ਨਹੀਂ ਕਰਨਾ। ਹਾਲੇ ਲਈ ਅਸੀਂ ਕਿਸੇ ਦੇ ਨੁਕਸਾਨ ਦੇ ਲਈ ਵਰਤ ਨਹੀਂ ਰੱਖ ਰਹੇ, ਨਹੀਂ। ਜੇ ਤੁਸੀਂ ਇਨਸਾਨਾਂ ਲਈ ਵਰਤ ਰੱਖਣਾ ਹੈ ਨਾ ਤਾਂ ਫਿਰ ਇਨਸਾਨਾਂ ਦੇ ਸਾਹਮਣੇ ਭੋਲੇ ਬਣ ਜਾਓ, ਲੇਕਿਨ ਅਸੀਂ ਵਰਤ ਇਨਸਾਨਾਂ ਲਈ ਨਹੀਂ ਰੱਖ ਰਹੇ। ਅਸੀਂ ਵਰਤ ਕਿਹੜੇ ਰੱਖ ਰਹੇ ਹਾਂ? ਆਪਣੀ ਆਤਮਾ ਲਈ ਔਰ ਪਰਮੇਸ਼ਵਰ ਦੇ ਲਈ, ਆਤਮਾ ਨੂੰ ਮਜ਼ਬੂਤ ਕਰਨ ਲਈ ਔਰ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦੇ ਲਈ ਅਸੀਂ ਵਰਤ। ਆਹਾਂ ਪੜ੍ਹਾਂਗੇ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਉਹ ਮਨੁੱਖਾਂ ਨੂੰ ਵਰਤੀ ਮਾਲੂਮ ਹੋਣ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਉਹ ਆਪਣਾ ਫਲ ਪਾ ਚੁੱਕੇ। ਉਹਨਾਂ ਨੂੰ ਫਲ ਨਹੀਂ ਮਿਲਣਾ, ਉਹਨਾਂ ਦਾ ਵਰਤ ਨਿਰਭਰ ਜਿਹਾ, ਜਿਹੇ ਰੱਖਿਆ ਜਿਹੇ ਨਾ ਰੱਖਿਆ ਉਹ ਇੱਕ ਬਰਾਬਰ ਹੋ ਗਿਆ। ਅਗਰ ਜੇਕਰ ਵਰਤ ਰੱਖਣੇ ਆ ਫਿਰ ਅਸੀਂ ਕਿਹੋ ਜਿਹਾ ਵਰਤ ਰੱਖਣੇ ਆ, ਆ ਕੇ ਸੁਣਨਾ। ਹਾਂਜੀ, ਪਰ ਜਾਂ ਤੂੰ ਵਰਤ ਰੱਖੇ ਤਾਂ ਆਪਣੇ ਸਿਰ ਉੱਤੇ ਤੇਲ ਲਾ, ਸਵੇਰੇ ਉੱਠੋ ਨਾਲ ਤੇਲ ਦੇ ਨਾਲ ਮਲਾਸ ਕਰੋ। ਹਾਲੇ ਲਈਆ, ਹਾਂ ਪੜ੍ਹਾਂਗੇ, ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ, ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਾਲੂਮ ਹੋਵੇ। ਕਿਹਨੂੰ ਹੋਵੇ? ਪਿਤਾ ਨੂੰ, ਤੇਰਾ ਵਰਤ ਮਾਲੂਮ ਹੋਵੇ। ਹਾਂਜੀ ਹਾਂਜੀ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ। ਤੈਨੂੰ ਕੀ ਦੇਵੇਗਾ? ਉਹ ਇਨਸਾਨਾਂ ਤੋਂ ਆਸ ਨਹੀਂ ਰੱਖਣੀ, ਸਾਡਾ ਪਿਤਾ ਗੁਪਤ ਵਿੱਚ ਸਾਨੂੰ ਦੇਖਦਾ ਆ, ਉਸ ਨੂੰ ਜਾਣਦਾ ਆ। ਅਸੀਂ ਜੇ ਵਰਤ ਰੱਖਣਾ ਉਹਦੇ ਨਾਂ ਵਿੱਚ ਰੱਖਣਾ, ਸਵੇਰੇ ਉੱਠ ਕੇ ਨਹਾਓ, ਨਹਾ ਕੇ ਤੇਲ ਲਾਓ, ਆਪਣੇ ਆਪ ਨੂੰ ਚਮਕਾਓ ਅਤੇ 10 ਮਿੰਟ ਬਹਿ ਕੇ ਦੁਆ ਕਰੋ, ਪਰਮੇਸ਼ਵਰ ਮੈਂ ਵਰਤ ਰੱਖਣ ਜਾ ਰਿਹਾ, ਤੂੰ ਮੈਨੂੰ ਵਰਤ ਰੱਖਣ ਦੀ ਬੁੱਧ ਦੇ, ਸਮਝ ਦੇ, ਕਿਉਂਕਿ ਮੈਂ ਆਪਣੀ
ਇੱਛਾ ਤੇ ਆਪਣੀ ਯੋਜਨਾ ਤੇ ਆਪਣੀ ਮਰਜ਼ੀ ਨਾਲ ਵਰਤ ਨਹੀਂ ਰੱਖ ਸਕਦਾ ਜਿੰਨਾ ਚਿਰ ਤੂੰ ਮੈਨੂੰ ਬਲ ਨਾ ਦੇਵੇਂ। ਤੂੰ ਮੈਨੂੰ ਬਲ ਦੇ ਤਾਂ ਕਿ ਮੈਂ ਵਰਤ ਰੱਖ ਸਕਾਂ ਔਰ ਤੇਰੇ ਕੋਲੋਂ ਬਰਕਤ ਪਾ ਸਕਾਂ। ਫਿਰ ਤੁਸੀਂ ਵਰਤ ਆਸਾਨੀ ਨਾਲ ਰੱਖ ਸਕਦੇ। ਜੇ ਤੁਸੀਂ ਬਹਿਨ ਭਰਾ ਰੱਖਦੇ ਆ ਵਰਤ ਰੱਖੋਗੇ, ਮੈਨੂੰ ਲੱਗਦਾ ਕਿ ਤੁਹਾਡੇ ਤੋਂ ਨਹੀਂ ਰੱਖਣਾ। ਵਰਤ ਰੱਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਨੀ ਆ ਔਰ ਪ੍ਰਭੂ ਦੇ ਕੋਲੋਂ ਹਿੰਮਤ ਮੰਗਣੀ ਆ। ਪਰਮੇਸ਼ਵਰ ਤੂੰ ਮੇਰੇ ਹਿਰਦੇ ਨੂੰ ਜਾਣਦਾ ਆ, ਤੂੰ ਮੇਰੀ ਸੋਚ ਨੂੰ ਜਾਣਦਾ। ਪ੍ਰਭੂ ਜੀ ਮੈਂ ਚਾਹੁੰਦਾ ਕਿ ਮੈਂ ਤੇਰੇ ਨਾਂ ਦੇ ਵਿੱਚ ਵਰਤ ਰੱਖ ਸਕਾਂ। ਹਾਲੇਲੂਯਾ, ਤਾਂ ਕਿ ਤੂੰ ਮੇਰੀ ਆਤਮਾ ਨੂੰ ਮਜ਼ਬੂਤ ਕਰੇ ਔਰ ਮੇਰੇ ਘਰ ਪਰਿਵਾਰ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰੇ। ਪ੍ਰਭੂ ਜੀ ਵਰਤ, ਮੈਂ ਸਿਰਫ ਤੇਰੇ ਅੱਗੇ ਦੁਆ ਕਰਦਾ, ਮੇਰਾ ਵਰਤ ਗੁਪਤ ਵਿੱਚ ਹੋਵੇ, ਦੌਣੀ ਪਿੱਟੀ ਦਾ ਕਾਰਨ ਨਾ ਹੋਵੇ। ਜਿਹੜਾ ਮੇਰਾ ਵਰਤ ਆ ਉਹ ਗੁਪਤ ਦੇ ਵਿੱਚ ਹੋਵੇ, ਤਾਂ ਕਿ ਸਿਰਫ ਉਹ ਤੈਨੂੰ ਮਲੂਮ ਹੋਵੇ, ਤਾਂ ਕਿ ਤੇਰੇ ਕੋਲੋਂ ਬਰਕਤ ਆਵੇ ਤਾਂ ਮੈਂ ਉਸ ਬਰਕਤ ਨੂੰ ਹਾਸਲ ਕਰ ਸਕਾਂ। ਹਾਲੇ ਲਈ ਆ